ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਪੁਨੀਤ ਕੇ ਅਤੇ ਅੱਜ ਪੰਜਾਬ ਨਿਊਜ਼ ਚੈਨਲ ਦੇ ਮੀਡੀਅਮ ਦੇ ਥਰੂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੂੰਗਾ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੇਸ਼ ਅਤੇ ਦੁਨੀਆ ਦੇ ਵਿੱਚ ਇੱਕ ਬਿਮਾਰੀ ਫੈਲ ਰਹੀ ਹੈ, ਨੋਵਲ ਕੋਰੋਨਾ ਵਾਇਰਸ, ਅਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੁਝ ਸਟੈਪਸ ਉਹਨੂੰ ਰੋਕਣ ਵਾਸਤੇ ਸ਼ੁਰੂ ਕੀਤੇ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਸਟੈਪ ਹੈ 21 ਦਿਨਾਂ ਦਾ ਲੋਕਡਾਊਨ ਪੀਰੀਅਡ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ, ਇੱਕ ਗੁਜ਼ਾਰਿਸ਼ ਕਰਨਾ ਚਾਹੂੰਗਾ ਕਿ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਸਿਰਫ ਤੁਹਾਡੇ ਤੋਂ 21 ਦਿਨ ਮੰਗੇ ਹੈ ਆਪਣੇ ਘਰ ਦੇ ਵਿੱਚ ਰਹਿਣ ਵਾਸਤੇ, ਆਪਣੀ ਫੈਮਿਲੀ ਨੂੰ ਸੁਰੱਖਿਅਤ ਕਰਨ ਵਾਸਤੇ, ਆਪਣੇ ਫਰੈਂਡਸ ਨੂੰ ਸੇਫ ਕਰਨ ਵਾਸਤੇ। ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਇਸ ਪੀਰੀਅਡ ਦੇ ਦੌਰਾਨ ਕੋਈ ਵੀ ਆਪਣੇ ਘਰਾਂ ਦੇ ਬਾਹਰ ਨਾ ਨਿਕਲੇ, ਕਿਉਂਕਿ ਗੌਰਮੈਂਟ ਨੇ ਇੰਨਾ ਕੁ ਸਾਨੂੰ ਸਹੂਲਤ ਕਰ ਦਿੱਤੀ ਹੈ ਸਾਡੇ ਵਾਸਤੇ ਕਿ ਸਾਨੂੰ ਹਰ ਚੀਜ਼ ਜਿਹੜੀ ਵੀ ਸਾਨੂੰ ਜ਼ਰੂਰਤ ਹੈ ਉਹ ਸਾਡੇ ਡੋਰ ਸਟੈਪ 'ਤੇ ਆ ਰਹੀ ਹੈ, ਚਾਹੇ ਉਹ ਰਾਸ਼ਨ ਦੀ ਸਪਲਾਈ ਹੈ, ਚਾਹੇ ਉਹ ਦੁੱਧ ਦੀ ਸਪਲਾਈ ਹੈ, ਚਾਹੇ ਉਹ ਮੈਡੀਕਲ ਸਪਲਾਈ ਹੈਗੀਆਂ ਮੈਂ, ਉਹ ਸਾਡੇ ਘਰ ਦੇ ਡੋਰ ਸਟੈਪਸ 'ਤੇ ਆ ਰਹੀਆਂ ਹੈ। ਅਤੇ ਮੈਂ ਇਸ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਇੱਕ ਬੰਦੇ, ਹਰ ਇੱਕ ਰਿਸਪੋਂਸੀਬਲ ਸਿਟੀਜ਼ਨ ਨੂੰ ਦੁਬਾਰਾ ਰਿਕੁਐਸਟ ਕਰਨੀ ਚਾਹੂੰਗਾ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਬਾਹਰ ਨਾ ਜਾਣ, ਕਿਉਂਕਿ ਇਹ ਬਿਮਾਰੀ ਕਿਸੇ ਬੰਦੇ ਦੇ ਕੰਟੈਕਟ ਦੇ ਵਿੱਚ ਆਉਣ 'ਤੇ ਹੀ ਫੈਲਦੀ ਹੈ। ਜੇ ਅਸੀਂ ਇਸ ਕੰਟੈਕਟ ਦੀ ਚੇਨ ਨੂੰ ਤੋੜ ਦੇਵਾਂਗੇ ਤਾਂ ਸਾਡਾ ਸਾਰਾ ਕੋਰੋਨਾ ਵਾਇਰਸ ਤੋਂ ਸਾਰਾ ਦਾ ਸਾਰਾ ਜਿਹੜਾ ਦੇਸ਼ ਹੈ, ਸਾਰਾ ਸਾਰੇ ਜਿਹੜੇ ਮੁਲਕ ਹੈਗੇ ਹੈ, ਜਿਨ੍ਹਾਂ 'ਚ ਬਾਕੀ ਮੁਲਕਾਂ 'ਚ ਵੀ ਲੋਕਡਾਊਨ ਪੀਰੀਅਡ ਚੱਲ ਰਿਹਾ ਹੈ, ਜਿੱਥੇ ਤੱਕ ਵੀ ਮੇਰੀ ਪੰਜਾਬ ਨਿਊਜ਼ ਚੈਨਲ ਦੇ ਮੀਡੀਅਮ ਥਰੂ ਆਵਾਜ਼ ਪਹੁੰਚ ਰਹੀ ਹੈ, ਅਸੀਂ ਇਸ ਨੂੰ ਸਟ੍ਰਿਕਟ ਤਰੀਕੇ ਨਾਲ ਫੋਲੋ ਕਰੀਏ ਤਾਂ ਕਿ ਸਾਡੀ ਦੁਨੀਆ ਤੋਂ ਪੂਰੀ ਦੀ ਪੂਰੀ ਤਰ੍ਹਾਂ ਇਸ ਕੋਰੋਨਾ ਵਾਇਰਸ ਦਾ ਨਾਮੋ ਨਿਸ਼ਾਨ ਮਿਟ ਜਾਏ। ਸਟੇ ਹੋਮ, ਸਟੇ ਸੇਫ, ਥੈਂਕ ਯੂ ਸੋ ਮੱਚ।